ਇਟਸ ਯੂਅਰ ਬੋਲੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਤੁਹਾਡੇ ਲਈ ਪੰਜਾਬ ਦੀ ਬੁਲੰਦ ਆਵਾਜ਼ ਤੇ ਅਖਾੜਿਆਂ ਦੀ ਰਾਣੀ ਜਸਵਿੰਦਰ ਬਰਾੜ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ, ਜਿਨ੍ਹਾਂ ਦੀ ਬਾਇਓਗ੍ਰਾਫੀ ਲਈ ਤੁਸੀਂ ਮੈਨੂੰ ਕਾਫੀ ਲੰਬੇ ਸਮੇਂ ਤੋਂ ਫਰਮਾਇਸ਼ ਕਰ ਰਹੇ ਸੀ। ਗੱਲਾਂ ਬੰਦਾ ਪੁਲਿਸ ਦਾ ਯਾਰ, ਤੀਜੀ ਲੋਕੋ ਵੇ ਸਵਾਨਾਰ, ਤਿੰਨਾਂ ਦਾ ਨਾ ਕਰੀ ਇਤਬਾਰ, ਅੱਖ ਦੁਸ਼ਮਣ ਨਾਲ ਲੜਦੀ ਨਹੀਂ। ਗੂੰਗਾ ਗੀਤ ਕਦੇ ਨਹੀਂ ਗਾਉਂਦਾ, ਜਨ ਖੁਸਰੇ ਦੀ ਚੜਦੀ ਨਹੀਂ। ਸੋ ਦੋਸਤੋ, ਆਪਾਂ ਜਸਵਿੰਦਰ ਬਰਾੜ ਜੀ ਦੀ ਫੈਮਿਲੀ ਬਾਰੇ, ਉਹਨਾਂ ਦੀ ਲਾਈਫ ਬਾਰੇ, ਉਹਨਾਂ ਦੇ ਸੰਘਰਸ਼ ਬਾਰੇ ਪੂਰੇ ਵਿਸਥਾਰ ਵਿੱਚ ਗੱਲਬਾਤ ਕਰਾਂਗੇ। ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖੋ, ਅਤੇ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਜੀ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ। ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਜਸਵਿੰਦਰ ਬਰਾੜ ਜੀ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਜਸਵਿੰਦਰ ਬਰਾੜ ਦਾ ਜਨਮ 8 ਸਤੰਬਰ 1973 ਨੂੰ ਮਾਤਾ ਨਰਿੰਦਰ ਕੌਰ ਦੀ ਕੁੱਖੋਂ ਅਤੇ ਪਿਤਾ ਸਰਦਾਰ ਬਲਦੇਵ ਸਿੰਘ ਦੇ ਘਰ ਮੰਡੀ ਕਾਲਿਆਂਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਵਿਖੇ ਹੋਇਆ, ਅਤੇ ਉਹਨਾਂ ਨੂੰ ਬਚਪਨ ਤੋਂ ਹੀ ਸਿੰਗਿੰਗ ਦਾ ਬਹੁਤ ਸ਼ੌਂਕ ਸੀ। ਉਹਨਾਂ ਨੇ ਬਚਪਨ ਵਿੱਚ ਹੀ ਸਿੰਗਰ ਬਣਨ ਦਾ ਇੱਕ ਆਪਣਾ ਟੀਚਾ ਲੈ ਲਿਆ ਸੀ, ਜਿਸ ਲਈ ਉਹਨਾਂ ਨੇ ਲਗਾਤਾਰ ਮਿਹਨਤ ਕੀਤੀ ਅਤੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਕੀਤੀ ਅਤੇ ਇਸੇ ਕਾਰਨ ਹੀ ਉਹ ਇਸ ਉੱਚੇ ਮੁਕਾਮ 'ਤੇ ਪਹੁੰਚ ਸਕੇ। ਦੋਸਤੋ, ਉਹਨਾਂ ਦੀ ਮੈਰਿਜ 19 ਮਈ 2000 ਨੂੰ ਸਰਦਾਰ ਰਣਜੀਤ ਸਿੰਘ ਸਿੱਧੂ ਨਾਲ ਹੋਈ ਅਤੇ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ ਇੱਕ ਸਪੁੱਤਰੀ ਨੇ ਜਨਮ ਲਿਆ, ਜਿਸ ਦਾ ਨਾਮ ਹੈ ਜਸ਼ਨਪ੍ਰੀਤ ਸਿੱਧੂ। ਦੋਸਤੋ, ਜੇ ਆਪਾਂ ਜਸਵਿੰਦਰ ਬਰਾੜ ਜੀ ਦੇ ਸਟਰਗਲ ਦੀ ਗੱਲ ਕਰੀਏ ਤਾਂ ਉਹਨਾਂ ਲਈ ਇਸ ਮੁਕਾਮ ਨੂੰ ਹਾਸਲ ਕਰਨ ਦਾ ਸਫ਼ਰ ਕੋਈ ਆਸਾਨ ਨਹੀਂ ਸੀ, ਕਿਉਂਕਿ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਜਿਸ ਸਮੇਂ ਉਹਨਾਂ ਨੇ ਸਿੰਗਿੰਗ ਸਟਾਰਟ ਕੀਤੀ ਸੀ ਉਸ ਸਮੇਂ ਕੁੜੀਆਂ ਦੁਆਰਾ ਸਿੰਗਿੰਗ ਕਰਨ ਨੂੰ ਕੋਈ ਜ਼ਿਆਦਾ ਚੰਗਾ ਨਹੀਂ ਸਮਝਿਆ ਜਾਂਦਾ ਸੀ ਅਤੇ ਬਹੁਤ ਸਾਰੇ ਲੋਕ ਇਸ ਨੂੰ ਮਾੜਾ ਮੰਨਦੇ ਸੀ। ਇਸ ਲਈ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਸ ਸਮੇਂ ਉਹਨਾਂ ਨੇ ਸਿੰਗਿੰਗ ਕਰਨੀ ਸਟਾਰਟ ਕੀਤੀ ਤਾਂ ਉਹਨਾਂ ਦੇ ਕੁਝ ਰਿਸ਼ਤੇਦਾਰ ਉਹਨਾਂ ਤੋਂ ਨਾਰਾਜ਼ ਹੋ ਗਏ ਅਤੇ ਉਹਨਾਂ ਨੇ ਬੋਲਣਾ ਬੰਦ ਕਰ ਦਿੱਤਾ ਅਤੇ ਕੁਝ ਰਿਸ਼ਤੇਦਾਰਾਂ ਨੇ ਤਾਂ ਇਹ ਕਹਿਤਾ ਕਿ ਅਸੀਂ ਜਸਵਿੰਦਰ ਨੂੰ ਜਾਣਦੇ ਹੀ ਨਹੀਂ। ਸੋ ਇਸ ਨਾਲ ਉਹਨਾਂ ਨੂੰ ਦੁੱਖ ਤਾਂ ਬਹੁਤ ਲੱਗਿਆ, ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਉਹ ਅੱਗੇ ਵੱਧਦੇ ਗਏ। ਜੇ ਦੋਸਤੋ ਆਪਾਂ ਉਹਨਾਂ ਦੀ ਇਸ ਸਫ਼ਰ ਵਿੱਚ ਅੱਗੇ ਵਧਣ ਦੀ ਕਹਾਣੀ ਦੀ ਗੱਲ ਕਰੀਏ ਕਿ ਉਹ ਕਿਸ ਤਰ੍ਹਾਂ ਇਸ ਇੰਡਸਟਰੀ ਵਿੱਚ ਆਏ, ਕਿਸ ਤਰ੍ਹਾਂ ਉਹਦਾ ਨਾਮ ਬਣਿਆ, ਤਾਂ ਦੋਸਤੋ ਉਹਨਾਂ ਨੇ ਦੱਸਿਆ ਕਿ ਇੱਕ ਵਾਰ ਉਹ ਕਿਸੇ ਲਾਈਵ ਸ਼ੋਅ 'ਤੇ ਕਿਸੇ ਮੇਲ ਸਿੰਗਰ ਨਾਲ ਗਏ ਸੀ ਅਤੇ ਉਹਨਾਂ ਨੂੰ ਕੁਲਦੀਪ ਮਾਣਕ ਸਾਹਿਬ ਦੇ ਗੀਤ ਗਾਉਣ ਦਾ ਬਹੁਤ ਸ਼ੌਂਕ ਸੀ। ਇਸ ਲਈ ਉਹਨਾਂ ਨੇ ਕੁਲਦੀਪ ਮਾਣਕ ਸਾਹਿਬ ਦਾ ਗੀਤ ਉਸ ਸ਼ੋਅ 'ਤੇ ਗਾਇਆ ਅਤੇ ਲੋਕਾਂ ਨੇ ਉਹਨਾਂ ਦੀ ਆਵਾਜ਼ ਨੂੰ ਇੰਨਾ ਪਸੰਦ ਕੀਤਾ ਅਤੇ ਲੋਕ ਉਸ ਮੇਲ ਸਿੰਗਰ ਨੂੰ ਭੁੱਲ ਗਏ। ਉਹਨਾਂ ਨੇ ਵਾਰ ਵਾਰ ਜਸਵਿੰਦਰ ਬਰਾੜ ਜੀ ਨੂੰ ਕੁਲਦੀਪ ਮਾਣਕ ਸਾਹਿਬ ਅਤੇ ਜਗਮੋਹਨ ਕੌਰ ਦੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਅਤੇ ਫਿਰ ਉਸ ਸ਼ੋਅ ਤੋਂ ਬਾਅਦ ਜਸਵਿੰਦਰ ਬਰਾੜ ਜੀ ਨੂੰ ਬਹੁਤ ਹੌਸਲਾ ਮਿਲਿਆ ਅਤੇ ਉਹਨਾਂ ਦਾ ਕਾਫੀ ਨਾਮ ਵੀ ਹੋ ਗਿਆ। ਇਸ ਤੋਂ ਬਿਨਾਂ ਦੋਸਤੋ, ਜਸਵਿੰਦਰ ਬਰਾੜ ਜੀ ਨੇ ਆਪਣੇ ਸਟਰਗਲ ਦੀ ਕਹਾਣੀ ਸੁਣਾਉਂਦੇ ਹੋਏ ਇਹ ਵੀ ਦੱਸਿਆ ਕਿ ਜਿਸ ਸਮੇਂ ਉਹਨਾਂ ਨੇ ਮਿਊਜ਼ਿਕ ਸਿੱਖਣਾ ਸ਼ੁਰੂ ਕੀਤਾ ਸੀ ਉਹ ਸਮਾਂ ਵੀ ਬਹੁਤ ਹਾਰਡ ਸੀ, ਕਿਉਂਕਿ ਜਸਵਿੰਦਰ ਬਰਾੜ ਜੀ ਦੇ ਉਸਤਾਦ ਦਾ ਘਰ ਉਹਨਾਂ ਦੇ ਘਰ ਤੋਂ 6 ਕਿਲੋਮੀਟਰ ਦੂਰ ਸੀ ਅਤੇ ਜਿੱਥੇ ਉਹ ਮਿਊਜ਼ਿਕ ਸਿੱਖਦੇ ਸੀ ਉਹ ਕਮਰਾ ਬਹੁਤ ਛੋਟਾ ਸੀ ਅਤੇ ਕਾਫੀ ਸਟੂਡੈਂਟ ਮਿਊਜ਼ਿਕ ਸਿੱਖਣ ਵਾਲੇ ਹੁੰਦੇ ਸੀ। ਉਹਨਾਂ ਨੇ ਦੱਸਿਆ ਕਿ ਕਈ ਵਾਰ ਮੈਂ ਸਾਰਾ ਦਿਨ ਉੱਥੇ ਬੈਠੇ ਰਹਿਣਾ ਅਤੇ ਉਸਤਾਦ ਜੀ ਕੋਲ ਮੈਨੂੰ ਇੱਕ ਸੌਂਗ ਪ੍ਰੈਕਟਿਸ ਕਰਨ ਲਈ ਵੀ ਸਮਾਂ ਨਹੀਂ ਹੁੰਦਾ ਸੀ, ਪਰ ਉਹਨਾਂ ਦੇ ਉਸਤਾਦ ਬਹੁਤ ਵਧੀਆ ਸੀ। ਜਸਵਿੰਦਰ ਬਰਾੜ ਜੀ ਨੇ ਕਿਹਾ ਕਿ ਮੈਂ ਹਮੇਸ਼ਾ ਧਿਆਨ ਰੱਖਦੀ ਸੀ ਕਿ ਕਿਸ ਤਰ੍ਹਾਂ ਉਸਤਾਦ ਜੀ ਤਰਜ ਬਣਾਉਂਦੇ ਆ, ਕਿਸ ਤਰ੍ਹਾਂ ਮਿਊਜ਼ਿਕ ਸਿਖਾਉਂਦੇ ਆ ਬੱਚਿਆਂ ਨੂੰ, ਅਤੇ ਉਹਨਾਂ ਨੂੰ ਦੇਖ ਕੇ ਮੈਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਉਹਨਾਂ ਨੇ ਆਪਣੇ ਸਿੰਗਿੰਗ ਸਫ਼ਰ ਦੀ ਸ਼ੁਰੂਆਤ 1990 ਵਿੱਚ ਕੀਤੀ ਸੀ ਅਤੇ ਉਹਨਾਂ ਦੀ ਡੈਬਿਊ ਐਲਬਮ ਆਈ ਸੀ ਕੀਮਤੀ ਚੀਜ਼, ਜਿਹੜੀ ਸੁਪਰ ਹਿੱਟ ਰਹੀ ਸੀ। ਦਿਲਾ ਦਿਆ ਚੋਰ ਕੀਮਤੀ ਚੀਜ਼ ਗਰੀਬਾਂ ਦੀ।
ਇਸ ਤੋਂ ਬਾਅਦ ਖੁੱਲ੍ਹਾ ਅਖਾੜਾ ਰਾਂਝਾ ਜੋਗੀ ਹੋ ਗਿਆ ਅਤੇ ਦੋਸਤੋ ਫਿਰ ਇਸ ਤੋਂ ਬਾਅਦ ਉਹਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹਨਾਂ ਦੀਆਂ ਬਹੁਤ ਸਾਰੀਆਂ ਐਲਬਮਸ ਮਾਰਕੀਟ ਵਿੱਚ ਆਈਆਂ ਅਤੇ ਜ਼ਿਆਦਾਤਰ ਐਲਬਮ ਸੁਪਰ ਹਿੱਟ ਰਹੀਆਂ ਅਤੇ ਦੋਸਤੋ ਜਸਵਿੰਦਰ ਬਰਾੜ ਦੇ ਫੈਨਸ ਦੀ ਗਿਣਤੀ ਬਹੁਤ ਜ਼ਿਆਦਾ ਉਹਨਾਂ ਨੂੰ ਚਾਹੁਣ ਵਾਲੇ ਦੇਸ਼ਾਂ ਵਿਦੇਸ਼ਾਂ ਵਿੱਚ ਅਤੇ ਪੂਰੀ ਦੁਨੀਆਂ ਵਿੱਚ ਵਸੇ ਹੋਏ ਆ ਜੋ ਉਹਨਾਂ ਦੇ ਹਰ ਇੱਕ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ। ਦੋਸਤੋ ਜਸਵਿੰਦਰ ਬਰਾੜ ਜੀ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਲਾਈਵ ਸ਼ੋਅ ਕੀਤੇ ਅਤੇ ਉਹਨਾਂ ਦੇ ਲਾਈਵ ਸ਼ੋਅਜ਼ ਨੂੰ ਲੋਕ ਖਾਸ ਤੌਰ 'ਤੇ ਬਹੁਤ ਜ਼ਿਆਦਾ ਪਸੰਦ ਕਰਦੇ ਆ। ਇਸੇ ਕਾਰਨ ਹੀ ਉਹਨਾਂ ਨੂੰ ਅਖਾੜਿਆਂ ਦੀ ਰਾਣੀ ਵੀ ਕਿਹਾ ਜਾਂਦਾ। ਜਸਵਿੰਦਰ ਬਰਾੜ ਜ਼ਿਆਦਾਤਰ ਪੰਜਾਬੀ ਫੋਕ ਅਤੇ ਭੰਗੜਾ ਸੌਂਗਸ ਗਾਉਂਦੇ ਆ, ਇਸ ਲਈ ਉਹਨਾਂ ਨੂੰ ਫੋਕ ਕਵੀਨ ਵੀ ਕਿਹਾ ਜਾਂਦਾ। ਇਸ ਤੋਂ ਬਿਨਾਂ ਦੋਸਤੋ ਜਸਵਿੰਦਰ ਬਰਾੜ ਜੀ ਲੋਕ ਤੱਥਾਂ ਲਈ ਵੀ ਖਾਸ ਤੌਰ 'ਤੇ ਜਾਣੇ ਜਾਂਦੇ ਆ ਕਿਉਂਕਿ ਉਹਨਾਂ ਦੁਆਰਾ ਗਾਏ ਗਏ ਲੋਕ ਤੱਥ ਬਹੁਤ ਵਧੀਆ ਹੁੰਦੇ ਆ ਅਤੇ ਸਰੋਤੇ ਉਹਨਾਂ ਦੁਆਰਾ ਗਾਏ ਲੋਕ ਤੱਥਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ। ਅਤੇ ਹੁਣ ਦੋਸਤੋ ਆਪਾਂ ਜਸਵਿੰਦਰ ਬਰਾੜ ਦੇ ਅਵਾਰਡਸ ਬਾਰੇ ਗੱਲ ਕਰਦੇ ਹਾਂ। ਵੈਸੇ ਤਾਂ ਉਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਅਵਾਰਡਸ ਜਿੱਤੇ, ਪਰ ਜੇ ਆਪਾਂ ਉਹਨਾਂ ਦੇ ਕੁਝ ਖਾਸ ਅਵਾਰਡਸ ਦੀ ਗੱਲ ਕਰੀਏ ਤਾਂ ਸੰਨ 2010 ਵਿੱਚ ਉਹਨਾਂ ਨੂੰ ਸ਼੍ਰੋਮਣੀ ਪੰਜਾਬੀ ਲੋਕ ਗਾਇਕ ਅਵਾਰਡ ਨਾਲ ਨਿਵਾਜਿਆ ਗਿਆ ਅਤੇ ਉਹ 12ਵੀਂ ਸਿੰਗਰ ਆ ਜਿਸ ਨੂੰ ਇਹ ਅਵਾਰਡ ਦਿੱਤਾ ਗਿਆ। ਇਸ ਤੋਂ ਬਿਨਾਂ ਉਹਨਾਂ ਨੂੰ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਸੰਗੀਤ ਸਮਰਾਟ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਸੋ ਦੋਸਤੋ ਜਸਵਿੰਦਰ ਬਰਾੜ ਜੀ ਉਹ ਮਹਾਨ ਪੰਜਾਬੀ ਗਾਇਕਾ ਜਿਨ੍ਹਾਂ ਨੇ ਆਪਣੀ ਵਧੀਆ ਸਿੰਗਿੰਗ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਆ ਅਤੇ ਉਹਨਾਂ ਨੇ ਹਮੇਸ਼ਾ ਹੀ ਸੱਭਿਆਚਾਰਕ ਗੀਤ ਗਾਏ ਆ ਜੋ ਯੂਥ ਨੂੰ ਅਤੇ ਲੋਕਾਂ ਨੂੰ ਸੇਧ ਦੇ ਸਕਣ। ਅਸੀਂ ਆਪਣੇ ਚੈਨਲ ਬੌਲੀ ਹੌਲੀ ਬਾਬਾ ਅਤੇ ਸਾਡੀ ਪੂਰੀ ਟੀਮ ਵੱਲੋਂ ਇਸ ਮਹਾਨ ਗਾਇਕਾਂ ਨੂੰ ਸਲਾਮ ਕਰਦੇ ਹਾਂ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਜਸਵਿੰਦਰ ਬਰਾੜ ਜੀ ਇਸੇ ਤਰ੍ਹਾਂ ਆਪਣੇ ਵਧੀਆ ਵਧੀਆ ਗੀਤਾਂ ਨਾਲ ਪੰਜਾਬੀ ਸਰੋਤਿਆਂ ਦਾ ਮਨੋਰੰਜਨ ਕਰਦੇ ਰਹਿਣ ਅਤੇ ਉਹ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਨ। ਵਾਹਿਗੁਰੂ ਜੀ ਉਹਨਾਂ ਨੂੰ ਲੰਬੀ ਉਮਰ ਬਖਸ਼ਣ। ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ, ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇ ਦੋਸਤੋ ਵੀਡੀਓ ਵਧੀਆ ਲੱਗੀ ਹੈ ਤੁਸੀਂ ਜਸਵਿੰਦਰ ਬਰਾੜ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਨਾਲ ਦੀ ਨਾਲ ਇਸ ਵੀਡੀਓ ਦੇ ਨੀਚੇ ਕਮੈਂਟ ਵਿੱਚ ਲਿਖੋ ਫੈਨ ਜਸਵਿੰਦਰ ਬਰਾੜ ਦੇ ਅਤੇ ਦੋਸਤੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਇਸ ਮਹਾਨ ਪੰਜਾਬੀ ਗਾਇਕਾ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣ ਸਕਣ। ਅਤੇ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਫਰਮਾਇਸ਼ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੌਲੀ ਹੌਲੀ ਬਾਬਾ ਜੀ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈੱਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ ਇੰਨੇ ਸ਼ਬਦ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ ਜੀ।